ਹਾਂਜੀ, ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾ ਜੀਤਾ ਸਟੱਡ ਫਾਰਮ ਯੂਟਿਊਬ ਚੈਨਲ ਦੇ ਉੱਤੇ, ਅਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ 'ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ। ਦੋਸਤੋ ਅੱਜ ਫਿਰ ਤੁਹਾਡੇ ਨੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ। 2023 ਦੀ ਆਪਾਂ ਲਾਸਟ ਵੀਡੀਓ ਪਾਉਣ ਲੱਗੇ ਹਾਂ। 2023 ਨੂੰ ਅੱਜ ਆਪਾਂ ਅਲਵਿਦਾ ਕਹਿ ਦਿੰਦੇ ਹਾਂ, ਅਤੇ ਉਮੀਦ ਆ ਵੀ ਨਵਾਂ ਸਾਲ 2024 ਸਾਰਿਆਂ ਲਈ ਵਧੀਆ ਰਹੇ, ਤੰਦਰੁਸਤੀ ਭਰਿਆ ਰਹੇ, ਅਤੇ ਨਵੀਂ ਘੋੜੀ ਲਿਆਇਆ ਤੁਹਾਡੇ ਲਈ। ਅੱਜ ਦੀ ਇਹ ਘੋੜੀ ਥੋੜ੍ਹੀ ਜਿਹੀ ਅੱਡ ਦੀ ਹੋ, ਇਹ ਸਿਰਫ ਉਹਨਾਂ ਭਰਾਵਾਂ ਲਈ ਆ ਜਿਨ੍ਹਾਂ ਨੇ ਰਾਈਡਿੰਗ ਲਈ ਘੋੜੀ ਲੈਣੀ ਹੈ। ਕਹਿਣ ਤੋਂ ਭਾਵ ਜਿਨ੍ਹਾਂ ਨੇ ਕੋਈ ਵੀ ਸਿਰਫ ਹੁੰਦਾ ਨਾ, ਮੈਨੂੰ ਫੋਨ ਆਉਂਦੇ ਹੁੰਦੇ ਆ ਕਈ ਭਰਾਵਾਂ ਦੇ ਵੀ, ਬਾਈ ਸਾਨੂੰ ਸਵਾਉਣ ਤਾਂ ਹੀ ਮਤਲਬ ਨਹੀਂ, ਆਪਾਂ ਭਾਜ ਨਾ ਲੈਣੀ ਹੈ, ਸਿਰਫ ਸਵਾਰੀ ਵਾਲੀ ਘੋੜੀ ਹੋਵੇ। ਸੋ ਦੋਸਤੋ ਸਵਾਰੀ ਦੀ ਪਾਸ ਆ ਘੋੜੀ, ਤੁਰਦੀ ਤੁਰਦੀ ਬਹੁਤ ਸੋਹਣਾ, ਚਾਲ ਬਹੁਤ ਸੋਹਣੀ ਆ। ਸਵਾਰ ਮੇਰੇ ਕੋਲ ਉਹ ਵੀਡੀਓ ਬਣਾਉਣ ਟਾਈਮ ਨਾ ਹੋਣ ਦੇ ਕਰਕੇ ਮੈਂ ਤੁਹਾਨੂੰ ਸਵਾਰੀ ਦੀ ਵੀਡੀਓ ਨਹੀਂ ਪਾ ਸਕਦਾ, ਪਰ ਤੁਸੀਂ ਆਪ ਆ ਕੇ ਦੇਖਿਓ ਤਾਂ ਤੁਹਾਨੂੰ ਪਤਾ ਚੱਲ ਜੂ ਸਵਾਰੀ ਦੀ ਬਹੁਤ ਸਾਫ਼ ਆ ਘੋੜੀ। ਮਾਰਕੇ ਬਾਰੇ ਗੱਲ ਕਰੀਏ ਤਾਂ ਭਾਅ ਜੀ ਇਹਦੇ ਮੱਥੇ ਪਟਾ, ਚਾਰ ਪੈਰ ਚਿੱਟੇ ਆ, ਪੰਜ ਕਲੈਨ ਘੋੜੀ ਆ, ਸੁੰਬ ਸੁੰਬ ਬਹੁਤ ਜ਼ਿਆਦਾ ਡਬਲ ਆ, ਮਜ਼ਬੂਤੀ ਵਾਲੀ ਆ, ਲੈਂਥ ਵੀ ਸੋਹਣੀ ਆ, ਹੱਡ ਪੈਰ ਵੀ ਨਰੋਇਆਂ ਦੇ, ਅਤੇ ਗਰਦਨ ਲੰਮੀ ਆ, ਸੁਨੱਖਾ ਕੰਨ ਆ, ਮੱਥੇ ਵਾਲਾ ਜਿਹੜਾ ਬਲੇਜ ਉਹ ਵੀ ਪੂਰਾ ਵਧੀਆ ਬੈਸਟ ਆ। ਅਤੇ ਹਾਈਟ ਬਾਰੇ ਗੱਲ ਕਰੀਏ ਤਾਂ ਜੀ 61 ਇੰਚ ਦੇ ਨੇੜੇ ਤੇੜੇ ਇਹਦੀ ਹਾਈਟ ਆ, ਪਰ ਜਿਹੜੀ ਮਜ਼ਬੂਤੀ ਵਾਲੇ ਪੱਖੋਂ ਬਹੁਤ ਸੋਹਣਾ, ਅਤੇ ਚਾਲ ਚੂਲ ਦੀ ਬਹੁਤ ਜ਼ਿਆਦਾ ਚੰਗੀ ਆ। ਤੁਸੀਂ ਆਪ ਚੜ੍ਹ ਕੇ ਆ ਕੇ ਜਦੋਂ ਦੇਖੋ ਰੂਹ ਖੁਸ਼ ਹੋ ਜੂ ਤੁਹਾਡੀ, ਪੂਰਾ ਮੰਨ ਲਓ ਸਵਾਦ ਆ ਸਵਾਰੀ ਕਰਨ ਦਾ। ਬਾਕੀ ਰੇਟ ਜਾਇਜ਼ ਲੱਖੋਂ ਥੱਲੇ ਆ, ਹਜ਼ਾਰਾਂ ਵਾਲੀ ਘੋੜੀ ਆ। ਸੋ ਜਿਹੜੇ ਵੀਰਾਂ ਨੇ ਰਾਈਡਿੰਗ ਲਈ ਘੋੜੀ ਚਾਹੀਦੀ ਹੋਈ ਤਾਂ ਉਹ ਇੱਕ ਵਾਰ ਜ਼ਰੂਰ ਆ ਕੇ ਦੇਖਿਓ ਜੀ। ਸਿਰਫ ਮੈਂ ਪਹਿਲੇ ਵੀਡੀਓ 'ਚ ਦੱਸ ਦਿੰਦਾ ਸਿਰਫ ਰਾਈਡਿੰਗ ਵਾਲੀ ਘੋੜੀ ਆ, ਸੋ ਆਪਾਂ ਜਿਹਨੇ ਰਾਈਡਿੰਗ ਲਈ ਲੈਣੀ ਉਹ ਦੇਖੇ, ਅਤੇ ਚੰਗੀ ਆ, ਬਾਂਤਰ ਮੁੰਤਰਾਂ ਦੀ ਚੰਗੀ ਆ ਘੋੜੀ, ਕੰਨ ਕੁੰਦੇ ਸੁਨੱਖੀ ਆ, ਮੱਥੇ ਪਟਾ, ਬਾਡੀ ਬਾਂਤਰ ਘੋੜਿਆਂ ਵਾਲੀ ਆ। ਕਈ ਭਰਾ ਕਹਿੰਦੇ ਹੁੰਦੇ ਬਾਈ ਆਪਾਂ ਘੋੜਾ ਲੱਭਦੇ ਸਵਾਰੀ ਨੂੰ, ਜਾਂ ਵੀ ਆਪਾਂ ਘੋੜੀ ਉਹ ਜੀ ਲੱਭਦੇ ਘੋੜਿਆਂ ਵਰਗੇ, ਤਾਂ ਦੋਸਤੋ ਆਹ ਘੋੜੀ ਜ਼ਰੂਰ ਦੇਖ ਲਿਓ, ਤੁਰਦੀ ਤੁਰਦੀ ਸੋਹਣਾ। ਬਾਕੀ ਆ ਕੇ ਤੁਸੀਂ ਸਾਹਮਣੇ ਦੇਖ ਸਕਦੇ ਹੋ, ਬਾਲ ਭੌਰੀਆਂ ਦੀ ਸਾਫ਼ ਆ, ਹੱਥਾਂ ਪੈਰਾਂ ਦੀ ਸਾਫ਼ ਆ। ਅਤੇ ਜਿਹੜੇ ਭਰਾ ਨੇ ਇਹਦੇ 'ਚ ਇੰਟਰਸਟ ਹੋਇਆ, ਨੰਬਰ ਕਰ ਲਿਓ ਨੋਟ, 62-391-54-5444-98-557-9017। ਇੱਕ ਵਾਰ ਮੈਂ ਫਿਰ ਮੋਟਾ ਜਿਹਾ ਆਈਡੀਆ ਦੇ ਦਾਂ ਵੀ ਜਿਹਨੇ ਰਾਈਡਿੰਗ ਵਾਸਤੇ ਲੈਣੀ ਹੈ, ਲੱਖੋਂ ਥੱਲੇ ਮੁੱਲ ਆ ਜੀ, ਜਿਹਨੇ ਲੱਖੋਂ ਥੱਲੇ ਲਾਉਣਾ ਹੋਵੇ ਤਾਂ ਉੱਪਰ ਰੇਟ ਚੱਲੀ ਜਾਂਦਾ, ਰੇਟ ਦਾ ਪਤਾ ਲੈ ਲਿਓ। ਧੰਨਵਾਦ।